ਸਤਿ ਸ੍ਰੀ ਅਕਾਲ ਦੋਸਤੋ ਟਰਬਨ ਕਿੰਗ ਪ੍ਰਦੀਪ ਗੈਲ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਤੇ ਅੱਜ ਲੈ ਕੇ ਆਏ ਹਾਂ ਬਟਾਂ ਵਾਲੀ 6 ਮੀਟਰ ਪੱਗ ਦੀ ਵੀਡੀਓ ਬਿਲਕੁਲ ਸੁੱਕੀ ਪੱਗ ਇਸ ਵੀਡੀਓ ਦੇ ਵਿੱਚ ਬਣੀ ਜਾਵੇਗੀ ਔਰ ਕੱਪੜਾ ਜਿਹੜਾ ਕਿ ਫੁੱਲ ਵੈਲ ਕੱਪੜਾ ਵਿਮਲ ਦੇ ਵਿੱਚ ਸੋ ਸਭ ਤੋਂ ਪਹਿਲਾਂ ਤੁਸੀਂ ਦੇਖੋ ਪਿੰਚ ਕਰਕੇ ਉੱਪਰਲੀ ਸਾਈਡ ਤੋਂ ਥੱਲੇ ਨੂੰ ਖਿੱਚਦੇ ਹੋਏ ਪਹਿਲੇ ਲੜ ਦੇ ਵਿੱਚ ਵਟ ਪਾਉਂਗੇ ਔਰ ਧਿਆਨ ਵਿੱਚ ਰੱਖਣਾ ਕਿ ਪਹਿਲੇ ਲੜ ਤੋਂ ਲੈ ਕੇ ਲਾਸਟ ਲੜ ਤੱਕ ਜਿਹੜੇ ਦੋ ਪਤਲੇ ਪੱਲੇ ਪੂਣੀ ਕਰਨ ਵੇਲੇ ਹੁੰਦੇ ਨੇ ਉਹ ਥੱਲੇ ਵਾਲੀ ਸਾਈਡ ਹੀ ਰਹਿਣਗੇ ਔਰ ਬੈਕ ਸਾਈਡ ਤੋਂ ਹਲਕਾ ਜਿਹਾ ਤਰਾਕ ਕੇ ਆਪਾਂ ਦੇਖੋ ਉੱਪਰ ਦੀ ਹੀ ਪਹਿਲੇ ਲੜ ਤੋਂ ਜਿਹੜਾ ਉੱਪਰ ਸੈਂਟਰ ਤੋਂ ਹੀ ਲੈ ਕੇ ਆਂਦਾ ਸੀ ਉਸੇ ਲੜ ਦੇ ਉੱਤੋਂ ਦੀ ਲੈ ਕੇ ਆਵਾਂਗੇ ਔਰ ਫਰੰਟ ਤੋਂ ਕਿਦਾਂ ਨੋਕ ਤੋਂ ਮੋੜਨਾ ਲੜ ਦੇਖੋ ਇੱਕ ਗੱਠ ਤੋਂ ਪੂਣੀ ਦੀ ਚੜਾਈ ਜਿਹੜੀ ਉਹ ਜ਼ਿਆਦਾ ਨਾ ਹੋਵੇ ਤੁਸੀਂ ਦੇਖ ਸਕਦੇ ਹੋ ਥੱਲੋਂ ਇਕੱਠਾ ਕਰਦੇ ਜਾਂ ਉੱਪਰ ਵੱਲ ਨੂੰ ਹਲਕਾ-ਲਕਾ ਇਕੱਠੇ ਕਰਨਾ ਔਰ ਉੱਪਰਲੀ ਸਾਈਡ ਉਂਗਲ ਰੱਖਣੀ ਤਾਂ ਕਿ ਵਧੀਆ ਨੋਕ ਜਿਹੜੀ ਕਿ ਦਸਤਾਰ ਦੀ ਬਣ ਸਕੇ ਸੋ ਧਿਆਨ ਵਿੱਚ ਰੱਖਣਾ ਬਹੁਤ ਸਾਰੇ ਵੀਰ ਜਿਹੜੀ ਕਿ ਪਗ ਦੀ ਸ਼ੇਪ ਆ ਉਹ ਖਰਾਬ ਕਰ ਲੈਂਦੇ ਨੇ ਜਿਆਦਾ ਵੱਟ ਪਾਉਣ ਦੇ ਚੱਕਰ ਦੇ ਵਿੱਚ ਸੋ ਤੁਸੀਂ ਜਿਆਦਾ ਵੱਟ ਪਾਉਣ ਦੇ ਚੱਕਰ ਦੇ ਵਿੱਚ ਜਾਂ ਸਫਾਈ ਦੇ ਚੱਕਰ ਦੇ ਵਿੱਚ ਨਹੀਂ ਜਾਣਾ ਜੇਕਰ ਥੋੜੀ ਦਸਤਾਰ ਦੀ ਸ਼ੇਪ ਆ ਵਧੀਆ ਤਰੀਕੇ ਨਾਲ ਹੋਵੇਗੀ ਦਸਤਾਰ ਆਟੋਮੈਟਿਕਲੀ ਜਿਆਦਾ ਤੁਹਾਡੇ ਫੇਸ ਤੇ ਚੱچےਗੀ ਤੁਸੀਂ ਦੇਖ ਸਕਦੇ ਹੋ ਇੱਥੋਂ ਆਪਾਂ ਉੱਪਰਲੀ ਸਾਈਡ ਤੋਂ ਲੜ ਨੂੰ ਹਲਕਾ ਜਾਂ ਅੰਦਰ ਨੂੰ ਮੋੜ ਲੈਣਾ ਤਾਂ ਕਿ ਇਸ ਜਗ੍ਹਾ ਤੋਂ ਆਪਣਾ ਬਿਨਾ ਕੱਪੜਾ ਪਾਏ ਜਿਆਦਾ ਕੱਪੜਾ ਪਾਉਣ ਨਾਲ ਕਈ ਵਾਰ ਦਸਤਾਰ ਵੀਰ ਬਾਹਰ ਨੂੰ ਇਧਰਲੀ ਸਾਈਡ ਤੋਂ ਕੱਢਦੇ ਆ ਤਾਂ ਉਹ ਹਲਕੀ ਕਈ ਵਾਰ ਬੁਰੀ ਲੱਗਣ ਲੱਗ ਜਾਂਦੀ ਹੈ ਜਿਆਦਾ ਇੱਕ ਸਾਈਡ ਤੋਂ ਬਾਹਰਲੀ ਸਾਈਡ ਨੂੰ ਆ ਜਾਂਦੀ ਹੈ ਸੋ ਤੁਸੀਂ ਦੇਖ ਸਕਦੇ ਹੋ ਆਪਾਂ ਇਸ ਤਰੀਕੇ ਦੇ ਨਾਲ ਕੱਪੜਾ ਅੰਦਰ ਨੂੰ ਕਰਾਂਗੇ ਤਾਂ ਘੱਟ ਬਾਹਰ ਨੂੰ ਨਿਕਲੇਗੀ ਔਰ ਬਰਾਬਰ ਨਿਕਲੇਗੀ ਸੋ ਇਸ ਤੋਂ ਬਾਅਦ ਅਗਲਾ ਲੜ ਫੇਰ ਆਪਾਂ ਉਸੇ ਤਰੀਕੇ ਦੇ ਨਾਲ ਦੇਖੋ ਤੁਸੀਂ 프ਰੰਟ ਤੋਂ ਆਪਾਂ ਲੜ ਨੂੰ ਫੇਰ ਉੱਪਰ ਵੱਲ ਨੂੰ ਚੱਕਣਾ ਔਰ ਇਕੱਠਾ ਕਰ ਲੈਣਾ ਜਿਹੜੀ ਵਟਾਂ ਵਾਲੀ ਪੱਗ ਹੁੰਦੀ ਹੈ ਉਹਦੀ ਨੋਕ ਤੇ ਆਪਾਂ ਜਿਹੜਾ ਲੜਾ ਉਹ ਅੰਦਰਲੀ ਸਾਈਡ ਨਹੀਂ ਮੋੜਦੇ ਹਾਲਾਂਕਿ ਆਪਾਂ ਉੱਪਰ ਵੱਲ ਨੂੰ ਚੱਕ ਕੇ ਸਿੰਪਲੀ ਸਾਦੇ ਤਰੀਕੇ ਦੇ ਨਾਲ ਲਾ ਦਾਂਗੇ ਤੁਸੀਂ ਦੇਖ ਸਕਦੇ ਹੋ ਬਿਲਕੁਲ ਸੁੱਕੀ ਪੱਗ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਤੁਸੀਂ ਦੇਖੋਗੇ ਕਿ ਸ਼ੇਪ ਵੀ ਬਣੇਗੀ ਔਰ ਦਸਤਾਰ ਦੇਖਣ ਨੂੰ ਵੀ ਸੋਹਣੀ ਲੱਗੂਗੀ ਔਰ ਬੱਟ ਵੀ ਆਪਾਂ ਕੋਈ ਬਹੁਤ ਜ਼ਿਆਦਾ ਨਹੀਂ ਪਾਵਾਂਗੇ ਜ਼ਿਆਦਾਤਰ ਧਿਆਨ ਆਪਾਂ ਫੋਕਸ ਆ ਜਿਹੜਾ ਉਹ ਨੋਕ ਦੇ ਉੱਤੇ ਰੱਖਣਾ ਜਾਂ ਫਿਰ ਦੂਸਰੀ ਸਾਈਡ ਲੜ ਜਿਹੜੇ ਥੱਲੇ ਨੂੰ ਆਉਂਦੇ ਨੇ ਉਹ ਅੱਧਾ-ਅੱਧਾ ਇੰਚ ਆਪਾਂ ਥੱਲੇ ਨੂੰ ਲੈ ਕੇ ਆਉਣੇ ਜ਼ਿਆਦਾ ਵੀ ਨਹੀਂ ਲੈ ਕੇ ਆਉਣੇ ਔਰ ਜਿਹੜੇ ਬਟਾਂ ਵਾਲੀ ਸਾਈਡ ਆ ਉਧਰ ਆਪਾਂ ਹਲਕੇ ਹਲਕੇ ਲਾੜ ਉੱਪਰ ਨੂੰ ਚੱਕਦੇ ਜਾਵਾਂਗੇ ਇਸ ਤੋਂ ਬਾਅਦ ਅਗਲਾ ਲੜ ਫੇਰ ਜਿਹੜੇ ਬਿਗਿਨਰ ਵੀਰ ਆ ਉਹਨਾਂ ਦੇ ਲਈ ਇਹ ਖਾਸ ਕਰਕੇ ਜਿਹੜੀ ਵੀਡੀਓ ਬਹੁਤ ਲਾਹੇਵੰਦ ਹੋਵੇਗੀ ਕਿਉਂਕਿ ਇਕੱਲਾ ਇਕੱਲਾ ਜਿਹੜਾ ਕਿ ਨੋਕ ਤੋਂ ਆਪਾਂ ਲੜ ਮੋੜਨਾ ਉਹ ਇਸੇ ਤਰੀਕੇ ਦੇ ਨਾਲ ਇਕੱਠਾ ਕਰਕੇ ਮੋੜਨਾ ਹੈ ਔਰ ਜ਼ਿਆਦਾਤਰ ਧਿਆਨ ਆਪਾਂ ਉੱਪਰਲੀ ਸਾਈਡ ਵੀ ਲੜਾਂ ਦੇ ਵਿੱਚ ਰੱਖਣਾ ਤਾਂ ਕਿ ਤੁਸੀਂ ਦੇਖੋ ਆਪਾਂ ਨਾਲ ਦੀ ਨਾਲ ਉੱਪਰਲੀ ਸਾਈਡ ਤੋਂ ਵੀ ਮੋੜਿਆ ਔਰ ਇਧਰਲੀ ਸਾਈਡ ਤੋਂ ਦਸਤਾਰ ਜਿਹੜੀ ਬਟਨਲੇ ਪਾਸੋਂ ਹਲਕੀ ਵਾਲੀ ਉੱਪਰ ਨੂੰ ਚੱਕਦੇ ਜਾਵਾਂਗੇ ਤਾਂ ਕਿ ਗਲਾਈ ਦੇ ਨਾਲ-ਨਾਲ ਉੱਪਰ ਨੂੰ ਪਟਿਆਲਾ ਸ਼ਾਹੀ ਲੁੱਕ ਵੀ ਦਸਤਾਰ ਨੂੰ ਦਿੱਤੀ ਜਾਵੇ ਇਸ ਤੋਂ ਇਲਾਵਾ ਜੇਕਰ ਪੱਗ ਬੰਨ੍ਹਦੇ ਟਾਈਮ ਜਾਂ ਪਰਨਾ ਬੰਨ੍ਹਦੇ ਟਾਈਮ ਤੁਹਾਨੂੰ ਕੋਈ ਵੀ ਪ੍ਰੋਬਲਮ ਆਉਂਦੀ ਆ ਤਾਂ ਤੁਸੀਂ ਸਾਨੂੰ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਕੇ ਦੱਸ ਸਕਦੇ ਹੋ ਅਸੀਂ ਆਉਣ ਵਾਲੇ ਟਾਈਮ ਦੇ ਵਿੱਚ ਉਸ ਟੌਪਿਕ ਦੇ ਉੱਤੇ ਵੀਡੀਓ ਲੈ ਕੇ ਆਵਾਂਗੇ ਤੁਸੀਂ ਦੇਖ ਸਕਦੇ ਹੋ ਬਾਜ ਦੇ ਵੀ ਆਪਾਂ ਬਿਲਕੁਲ ਵਰਤੋਂ ਆ ਜਿਹੜੀ ਕੇਸ ਵੀਡੀਓ ਦੇ ਵਿੱਚ ਨਹੀਂ ਕਰਾਂਗੇ ਤੁਹਾਨੂੰ ਦਿਖਾਇਆ ਜਾ ਰਿਹਾ ਬਿਲਕੁਲ ਸਿੰਪਲ ਤੇ ਸਾਦਾ ਤਰੀਕਾ ਬਟਾਂ ਵਾਲੀ ਪੱਗ ਦਾ ਤੇ ਬਾਅਦ ਦੇ ਵਿੱਚ ਆਪਾਂ ਇਧਰੋਂ ਹਲਕੀ ਜਿਹੀ ਆਪਾਂ ਉੱਪਰੋਂ ਹੱਤ ਪਾ ਕੇ ਬਾਹਰਲੀ ਸਾਈਡ ਨੂੰ ਪੱਗ ਕੱਢ ਲਵਾਂਗੇ ਤਾਂ ਕਿ ਗਲਾਈ ਦੇ ਵਿੱਚ ਸੋਹਣੀ ਦਸਤਾਰ ਦੀ ਸ਼ੇਪ ਆ ਜਿਹੜੀ ਬਣ ਜਾਵੇ ਇਸ ਤੋਂ ਬਾਅਦ ਫਿਰ ਆਪਾਂ ਅਗਲਾ ਲੜ ਲਗਾਵਾਂਗੇ ਤੁਸੀਂ ਦੇਖ ਸਕਦੇ ਹੋ ਜਦੋਂ ਵੀ ਲੜ ਲਾਉਣਾ ਇਹ ਲੜ ਜਿਹੜਾ ਲਾਸਟ ਤੋਂ ਇੱਕ ਲੜ ਪਹਿਲਾਂ ਲਾਉਣ ਨੇ ਉਸ ਨੂੰ ਆਪਾਂ ਵਧੀਆ ਤਰੀਕੇ ਨਾਲ ਖੋਲਣਾ ਤਾਂ ਕਿ ਕਈ ਵਾਰ ਡੈਂਟ ਦੀ ਪ੍ਰੋਬਲਮ ਜਿਹੜੀ ਉਹ ਨਾ ਆਵੇ ਜੇਕਰ ਤੁਸੀਂ ਲੜ ਨੂੰ ਵਧੀਆ ਤਰੀਕੇ ਨਾਲ ਖੋਲੋਗੇ ਤਾਂ ਡੈਂਟ ਦੀ ਪ੍ਰੋਬਲਮ ਆ ਉਹ ਬਿਲਕੁਲ ਵੀ ਨਹੀਂ ਆਉਂਦੀ ਅਸ ਤੋਂ ਬਾਅਦ ਅਗਲਾ ਲੜ ਉੱਪਰਲੀ ਸਾਈਡ ਤੋਂ ਦੇਖੋ ਮੋੜ ਕੇ ਔਰ ਹਲਕਾ ਹਲਕਾ ਸੈੱਟ ਕਰਕੇ ਜੇਕਰ ਤੁਸੀਂ ਨੋਕ ਤੋਂ ਉੱਪਰੋਂ ਵੀ ਲੜ ਵਧੀਆ ਤਰੀਕੇ ਨਾਲ ਮੋੜਦੇ ਨੂੰ ਤਾਂ ਤੁਸੀਂ ਆਪ ਦੇਖ ਸਕਦੇ ਹੋ ਕਿ ਨੋਕ ਬਹੁਤ ਵਧੀਆ ਤਰੀਕੇ ਨਾਲ ਬਣ ਜਾਂਦੀ ਹੈ ਜੇਕਰ ਤੁਸੀਂ ਇਹ ਵੀਡੀਓ ਨੂੰ ਦੇਖ ਰਹੇ ਆ ਸੋ ਇਹ ਵੀਡੀਓ ਨੂੰ ਨਾਲ ਦੇਖਦੇ ਦੇਖਦੇ ਹੋਏ ਦਸਤਾਰ ਜਿਹੜੀ ਕਿ ਬਣਨੀ ਸਟਾਰਟ ਕਰਿਓ ਤੇ ਬਾਕੀ ਬਹੁਤ ਸਾਰੇ ਵੀਰਾਂ ਦਾ ਬੈਕ ਸਾਈਡ ਤੇ ਜਿਹੜੀ ਪ੍ਰੋਬਲਮ ਆਉਂਦੀ ਆ ਉਹਦੇ ਰਿਲੇਟਡ ਵੀ ਵੀਡੀਓ ਜਲਦੀ ਲੈ ਕੇ ਆ ਰਹੇ ਆਂ ਇੱਕ ਤੋਂ ਬਾਅਦ ਇੱਕ ਵੀਡੀਓ ਹੁਣ ਲਗਾਤਾਰ ਆਉਣਗੀਆਂ ਸੋ ਜਿੰਨੇ ਵੀ ਭਰਾ ਦੇਖਦੇ ਆ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦਾ ਕਰੋ ਤਾਂ ਕਿ ਜਿੱਦਾਂ ਕਿ ਤੁਸੀਂ ਦਸਤਾਰ ਸਿੱਖ ਰਹੇ ਹੋ ਤਾਂ ਹੋਰ ਵੀ ਵੀਰ ਜਿਹੜੇ ਕਿ ਦਸਤਾਰ ਆ ਉਹ ਵੀਡੀਓ ਦੇਖ ਕੇ ਸਿੱਖ ਸਕਣ ਸੋ ਲਾਸਟ ਲੜ ਲਗਾਵਾਂਗੇ ਤੁਸੀਂ ਦੇਖੋ ਫਰੰਟ ਤੋਂ ਹਲਕਾ ਜਿਹਾ ਆਪਾਂ ਦੱਬਣਾ ਉਹ ਹਿਸਾਬ ਦੇ ਨਾਲ ਦੱਬਣਾ ਕੇ ਨੋਕ ਵਾਲੀ ਸਾਈਡ ਤੋਂ ਨਹੀਂ ਦੱਬਣਾ ਜੇਕਰ ਤੁਹਾਨੂੰ ਲੱਗਦਾ ਵੀ ਦਸਤਾਰ ਥੋੜੀ ਉੱਚੀ ਜਾਂਦੀ ਹੈ ਤਾਂ ਉੱਪਰ ਤੋਂ ਦੱਬਣਾਗਾ ਫਰੰਟ ਤੋਂ ਬਿਲਕੁਲ ਨਹੀਂ ਦੱਬਣਾ ਹਲਕੀ ਜੀ ਆਪਾਂ ਜਿਹੜੀ ਦਸਤਾਰ ਆ ਉਹ ਤਿੱਖੀ ਰੱਖਾਂਗੇ ਬਹੁਤ ਹੀ ਜ਼ਿਆਦਾ ਨਹੀਂ ਰੱਖਾਂਗੇ ਹਲਕੀ ਜੀ ਤਾਂ ਰੱਖਣੇ ਤਾਂ ਕਿ ਜਿਹੜਾ ਲਾੜਾ ਲਾਸਟ ਤੁਸੀਂ ਆਪ ਦੇਖੋਗੇ ਕਿ ਉਸ ਦੇ ਨੋਕ ਦੇ ਵਿੱਚ ਹਲਕਾ ਜਿਹਾ ਉੱਥੇ ਸੈੱਟ ਕਰਕੇ ਆਪਾਂ ਉੱਪਰ ਵੱਲ ਨੂੰ ਲਾ ਦਵਾਂਗੇ ਦੋਵੇਂ ਲੜ ਇਕੱਠੇ ਕਰਨੇ ਤੁਸੀਂ ਦੇਖ ਸਕਦੇ ਹੋ ਬਹੁਤ ਸਾਰੇ ਭਰਾਵਾਂ ਨੂੰ ਪ੍ਰੋਬਲਮ ਆਉਂਦੀ ਹੈ ਲਾਸਟ ਲੜ ਦੀ ਦੋਵੇਂ ਲੜ ਇਕੱਠੇ ਕਰਕੇ ਔਰ ਹਲਕਾ ਹਲ ਕੇ ਬਟ ਪਾ ਕੇ ਜਿੱਥੇ ਨੋਕ ਆਉਂਦੀ ਆ ਆਪਣੀ ਉਸ ਜਗ੍ਹਾ ਤੋਂ ਮੁਠੀ ਦੇ ਵਿੱਚ ਕੱਪੜਾ ਫੜਨਾ ਤਾਂ ਤੁਹਾਨੂੰ ਦੁਬਾਰਾ ਇੱਕ ਵਾਰ ਫਿਰ ਤੋਂ ਦੱਸਿਆ ਜਾਵੇਗਾ ਨੋਕ ਤੋਂ ਉੱਪਰੋਂ ਜਿੱਥੋਂ ਖਤਮ ਹੁੰਦਾ ਲੜ ਤੁਸੀਂ ਦੇਖੋ ਜਿੱਥੋਂ ਅੰਦਰਲੀ ਸਾਈਡ ਨੂੰ ਆਪਾਂ ਮੋੜ ਦਿੰਨੇ ਹੁੰਨੇ ਆ ਉਥੋਂ ਮੋੜ ਕੇ ਔਰ ਹਲਕਾ ਜਿਹਾ ਸਿੱਧਾ ਸਿੱਧਾ ਲੜ ਜਿਹੜਾ ਕਿ ਮਾੜਾ ਜਿਹਾ ਬੈਂਡ ਪਾ ਕੇ ਲੱਗ ਜਾਵੇਗਾ ਸੋ ਸਾਰੇ ਭਰਾਵਾਂ ਨੂੰ ਬੇਨਤੀ ਆ ਕਿ ਤੁਸੀਂ ਇਸ ਤਰੀਕੇ ਦੇ ਨਾਲ ਸਿੰਪਲ ਸਾਦਾ ਤਰੀਕਾ ਬਿਲਕੁਲ ਸੁੱਕੀ ਦਸਤਾਰ ਜਿਹੜੀ ਕਿ ਬੰਨੀ ਜ਼ਰੂਰ ਟਰਾਈ ਕਰਨੀ ਔਰ ਤੁਸੀਂ ਦੇਖ ਸਕਦੇ ਹੋ ਲਾਸਟ ਦੇ ਵਿੱਚ ਆਪਾਂ ਸਰ ਕਵਰ ਕਰਾਂਗੇ ਸਰ ਕਵਰ ਕਰਦੇ ਹੀ ਆਪਣੀ ਦਸਤਾਰ ਜਿਹੜੀ ਪ੍ਰੋਪਰਲੀ ਬਣੀ ਜਾਵੇਗੀ ਔਰ ਸਾਰੇ ਵੀਰਾਂ ਨੂੰ ਬੇਨਤੀ ਆ ਕਿ ਅੱਜ ਦੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਜੇ ਜਿਆਦਾ ਨਹੀਂ ਤਾਂ 5000 ਦੋਸਤਾਂ ਨਾਲ ਜ਼ਰੂਰ ਸ਼ੇਅਰ ਕਰਿਓ ਤਾਂ ਕਿ ਉਹ ਵੀ ਵਧੀਆ ਤਰੀਕੇ ਨਾਲ ਦਸਤਾਰ ਬੰਨ੍ਹ ਸਕਣ ਤੇ ਅੱਜ ਦੀ ਵੀਡੀਓ ਤੁਹਾਨੂੰ ਕਿਵੇਂ ਲੱਗੀ ਜਾਂਦੇ ਜਾਂਦੇ ਕਮੈਂਟ ਬਾਕਸ ਦੇ ਵਿੱਚ ਕਮੈਂਟ ਵੀ ਜ਼ਰੂਰ ਕਰਿਓ ਜੇਕਰ ਤੁਸੀਂ ਵੀ ਚਾਹੁੰਦੇ ਹੋ ਕਿਸੇ ਟੌਪਿਕ ਦੇ ਉੱਤੇ ਵੀਡੀਓ ਬਣਵਾਉਣੀ ਤਾਂ ਸਾਨੂੰ ਉਹ ਵੀ ਕਮੈਂਟ ਦੇ ਜਰੀਏ ਤੁਸੀਂ ਦੱਸ ਸਕਦੇ ਹੋ ਇਸ ਤੋਂ ਇਲਾਵਾ ਹੋਰ ਜਾਣਕਾਰੀ ਦੇ ਲਈ ਤੁਸੀਂ ਹੇਠਾਂ ਦਿੱਤੇ ਗਏ ਨੰਬਰ ਉੱਤੇ ਵੀ ਸਾਨੂੰ ਕਾਲ ਕਰਕੇ ਪੁੱਛ ਸਕਦੇ ਹੋ ਔਰ ਕੋਈ ਵੀ ਜਾਣਕਾਰੀ ਲੈ ਸਕਦੇ ਹੋ ਸੋ ਮਿਲਦੇ ਹਾਂ ਜਲਦ ਨਵੀਂ ਵੀਡੀਓ ਦੇ ਨਾਲ ਧੰਨਵਾਦ